ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਕਲਿੱਕ ਕਰੋ www.abpsanja.in ਤੇ। 2009 ਤੋਂ ਪਟਿਆਲਾ ਦੀ ਅਦਾਲਤ ਵਿੱਚ ਚੱਲ ਰਹੇ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ ਦੇ ਕਤਲ ਦੇ 5 ਆਰੋਪੀਆਂ ਨੂੰ ਬਰੀ ਕਰ ਦਿੱਤਾ ਗਿਆ। ਪੁਲਿਸ ਵੱਲੋਂ ਦਰਸ਼ਨ ਸਿੰਘ, ਗੁਰਜੰਟ ਸਿੰਘ, ਜਗਮੋਹਨ ਸਿੰਘ, ਦਲਜੀਤ ਸਿੰਘ ਅਤੇ ਅਮਰਜੀਤ ਸਿੰਘ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਪਟਿਆਲਾ ਅਦਾਲਤ ਵਿੱਚ ਇਹ ਕੇਸ ਪਿਛਲੇ 6 ਸਾਲ ਤੋਂ ਚੱਲ ਰਿਹਾ ਸੀ। 6 ਸਾਲ ਦੇ ਲੰਬੇ ਸਮੇਂ ਦੌਰਾਨ ਵੀ ਪਟਿਆਲਾ ਪੁਲਿਸ 5 ਵਿਅਕਤੀਆਂ ਖਿਲਾਫ਼ ਕੋਈ ਪੁਖਤਾ ਸਬੂਤ ਪੇਸ਼ ਨਾ ਕਰ ਸਕੀ। ਫੈਸਲਾ ਸੁਣਾਉਂਦੇ ਹੋਏ ਅਡੀਸ਼ਨਲ ਸੈਸ਼ਨ ਜੱਜ ਨਿਰਭਉ ਸਿੰਘ ਗਿੱਲ ਦੀ ਅਦਾਲਤ ਨੇ ਇਹਨਾਂ ਆਰੋਪੀਆਂ ਨੂੰ ਬਰੀ ਕਰ ਦਿੱਤਾ। ਜੁਲਾਈ 2009 ਵਿੱਚ ਪਟਿਆਲਾ 'ਚ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ ਨੂੰ ਅਨਾਜ ਮੰਡੀ ਵਿੱਚ ਅਣਪਛਾਤੇ ਲੋਕਾਂ ਨੇ ਗੋਲੀ ਮਾਰੀ ਸੀ। ਇਲਾਜ ਦੌਰਾਨ ਰੁਲਦਾ ਸਿੰਘ ਨੇ 15 ਅਕਤੂਬਰ 2009 ਨੂੰ ਦਮ ਤੋੜ ਦਿੱਤਾ ਸੀ। ਇਹਨਾਂ 5 ਵਿਅਕਤੀਆਂ ਵਿੱਚੋਂ 1 ਮਲੇਸ਼ੀਆ, 2 ਬੱਸੀ ਪਠਾਣਾ, 1 ਮੁੰਬਈ ਅਤੇ 1 ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਇਹ ਨਾਭਾ ਜੇਲ੍ਹ ਵਿੱਚ ਬੰਦ ਨੇ। ਪੁਲਿਸ ਨੇ 5 ਵਿਅਕਤੀਆਂ ਨੂੰ ਰੁਲਦਾ ਸਿੰਘ ਦੇ ਕਤਲ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ। 6 ਸਾਲਾਂ ਵਿੱਚ ਇਹਨਾਂ ਖਿਲਾਫ਼ ਕੋਈ ਸਬੂਤ ਇਕੱਠਾ ਨਹੀਂ ਹੋਇਆ। ਜੇਕਰ ਇਹ 5 ਵਿਅਕਤੀ ਰੁਲਦਾ ਸਿੰਘ ਦੇ ਕਾਤਲ ਹੀ ਨਹੀਂ ਤਾਂ ਰੁਲਦਾ ਸਿੰਘ ਦਾ ਅਸਲੀ ਕਾਤਲ ਕੌਣ ਹੈ ਅਤੇ ਕਿੱਥੇ ਹੈ? ਸਾਰੇ ਘਟਨਾਕ੍ਰਮ ਵਿੱਚ ਪਟਿਆਲਾ ਪੁਲਿਸ ਦੀ ਨਾਕਾਮੀ ਦਿਖਾਈ ਦੇ ਰਹੀ ਹੈ। ਹੁਣ ABP ਸਾਂਝਾ ਤੁਹਾਡੇ ਸਮਾਰਟਫੋਨਸ ਵਿੱਚ। ਐਂਡਰਾਇਡ ਯੂਜ਼ਰਸ ਪਲੇ ਸਟੋਰ ਵਿੱਚ ਅਤੇ ਐਪਲ ਯੂਜ਼ਰਸ ਐਪ ਸਟੋਰ ਵਿੱਚ ਜਾ ਕੇ ABP ਲਾਈਵ ਟਾਈਪ ਕਰੋ। ABP ਦੇ ਆਈਕਨ ਨੂੰ ਸਿਲੈਕਟ ਕਰੋ, ਐਪ ਨੂੰ ਇੰਸਟਾਲ ਕਰੋ, ਫਿਰ ਇਸ ਐਪ ਵਿੱਚੋਂ ABP ਨਿਊਜ਼ ਪੰਜਾਬੀ ਨੂੰ ਸਿਲੈਕਟ ਕਰੋ। ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ ਪਲ ਦੀਆਂ ਨਿਊਜ਼ ਅਪਡੇਟਸ। ਤਾਂ ਹੁਣ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਨੀ ਹੋਵੇ ਤਾਂ ਡਾਊਨਲੋਡ ਕਰੋ ABP ਲਾਈਵ ਐਪ ਅਤੇ ਸਿਲੈਕਟ ਕਰੋ ABP ਨਿਊਜ਼ ਪੰਜਾਬੀ।